وَمَثَا إِلَا فَلَا تَنْهَرْ احسان صاحب نے جڑی آیت دی تلاوت کیتی اس تے بات ختم کر دیں اللہ تعالی محمد زیشان دے والد محمد رمضان پٹواری صاحب مرحوم مغفور دی قبر تے رحمت فرمائے جتنے لوگ اس دنیا تو چلے گے سبوں اللہ تعالی جنت الفردوس اعلی مقام عطا فرمائے بات سارے نے سن لی ہو گئی میں بیان کرن دوں مجبور ہوں اللہ تعالی سب کی حاضری قبول فرمائے میں صرف یہ بات کراں گا حدیث باغ دے اندر ایک بندہ حافظ قرآن پاک حفظ کرے اُدے ماں باپ نو اللہ تعالی تاج پہنائے گا ایک اور جگہ تے روایت ہے کہ اگر قبرستان جو حافظ قرآن گزر جائے اللہ تعالی اس قبرستان چوں 14 دن لی عذاب دور کر دیندا ہے میری گل اگنور نہ کریو جڑا بندہ قرآن پڑھے اودی وجہ تو قبرستان تو عذاب چکیا جاندا ہے جڑا نبی پاک دی نعت پڑھے اللہ نے فرمایا فذکر ذکر کرو بے ایام اللہ میرے دنوں دا آئی دن کی ہے ہفتہ ذکر کی دا ہے نبی پاک دا اور ختم کی دا ہے رمضان پٹواری سال دا غالباً دوپہر ختم ہویا اچھا بات ہو یعنی دور ختم دے وچ کی پڑھتے ہو بولو ختم دے اندر کی پڑھے جاندے قرآن پاک اللہ فرماندا لاؤن حاضر قرآن سورۃ الحشر دے اندر اللہ تعالی فرماندا ہے کہ اگر میں قرآن پہاڑ تے نازل کراں تے پہاڑ کی ہو جان رائی دا ٹکڑے ٹکڑے ہو جان صدقے جاواں نبی پاک دی ذات تے ایک آئی تنی دو سپارے نی پندر آنی تیس پارے اندے آفز میرے آقا سبحان اللہ اچھا بول نہیں سکتا اینا پہاڑ میں موت یا انسان بولو پہاڑ میں موت یا انسان میں تو اڈینال سوال معرفت کر بیٹھا یہ معرفت دا سوال وی پہاڑ میں موت یا انسان انسان کیا قرآن نے سنیا خاشیم متصدیم من خشیت اللہ اللہ تعالی انہاں پہاڑاں نوں ریزا ریزا کر دیندا اگر ایہدے اتے قرآن نازل ہو جاندا میں تانوں ایمان دی کسوٹی دین لگا ایک ہوندی ہے کسوٹی ایک ہوندی ہے سوٹی ایمان والے کسوٹی منگتے ہیں بے ایمان سوٹی منگتے ہیں پہاڑ مضبوط انسان مضبوط میں دلیل کسی عالم کسی فقیر کسی عالم بہت بڑے فقیر دی نہیں دے رہا میں قرآن پیش کیتا ہے
ਮੇਰੇ ਸੱਜੇ ਵੀ ਆਫ, ਮੇਰੇ ਖੱਬੇ ਵੀ ਆਫ, ਇਲਮ ਨਾ ਹੋਏ ਤੇ ਮੇਰਾ ਕੋਈ ਕਸੂਰ ਨਹੀਂ। ਮੈਂ ਕੁਰਾਨ ਦਾ ਹਵਾਲਾ ਦਿੱਤਾ ਏ, ਅੱਲਾ ਫਰਮਾਂਦਾ ਵੀ ਜਾਗਦੇ ਹੋ, ਹੱਥ ਖੜੇ ਕਰੋ, ਕੌਣ ਕੌਣ ਸੁੱਤਾ ਕੌਣ ਕੌਣ ਆਓ, ਯਾਰ ਜਿਹੜੇ ਸੁੱਤੇ ਹੋ ਹੱਥ ਖੜੇ ਕਰੋ। ਸੁਣਨੀ ਨੀ ਸੁਣਦਾ ਅੱਛਾ ਬਾਤ ਭੁੱਲਣਾ ਜਾਵਾਂ, ਪਹਾੜ ਮਜ਼ਬੂਤ ਹੈ ਇਨਸਾਨ ਇਨਸਾਨ ਔਰ ਇਨਸਾਨ ਕਿਹੜਾ ਜਿਹਨੂੰ ਅਸੀਂ ਸਹੀ ਅਦਲ ਬਸ਼ਰ ਕਹਿੰਦੇ ਹਾਂ। ਹਜ਼ਰਤ ਫਰੂਕੇ ਆਜ਼ਮ ਰਾਜ਼ੀ ਆ, ਇਹ ਰਵਾਇਤ ਕਿੱਦਾਂ ਮਿਲੀ? ਨਬੀ ਪਾਕ ਚੱਲਦੇ ਚੱਲਦੇ ਨਾ ਬਾਹਰ ਆ ਗਏ, ਯਾਰ ਭੁਲਵਾਉਂਦਾ ਉਹ ਭਲਵਾਨ ਯੋਧੀਆਂ ਦਾ ਬੜਾ ਵੱਡਾ, ਉਹਦੇ ਬਾਰੇ ਜਾਣਦਾ ਹੈ ਕਿ ਉਹ ਗਾਈ ਦੀ ਖਲ ਤੇ ਬਹਿ ਗਏ, ਦਸ ਬੰਦੇ ਖਿੱਚਣ, ਇੰਨਾ ਭਾਰਾ ਸੀ ਕਿ ਖਲ ਪੜ ਜਾਂਦੀ, ਉਹ ਬੰਦਾ ਖਿੱਚਿਆ ਜਾਂਦਾ, ਨੱਬੀ ਬਾਗ ਦੇ ਸਾਹਮਣੇ ਆ ਗਿਆ। ਹਜ਼ੂਰ ਨੂੰ ਵੇਖ ਕੇ ਨੇ ਤੇ ਕਹਿਣ ਲੱਗਾ, ਯਾ ਮੁਹੰਮਦ ਤੁਸੀਂ ਸੋਹਣੇ ਬਣੇ ਜੇ, ਗੱਲ ਇਹ ਆ ਅਗਰ ਤੁਸੀਂ ਮੈਨੂੰ ਹਰਾ ਦਿਓ ਨਾ ਤੇ ਮੈਂ ਤੁਹਾਡਾ ਮਰੀਦ ਹੋ ਜਾਵਾਂ। ਨਬੀ ਬਾਗਲੇ ਸਲਾਤੋ ਸਲਾਮ ਮੁਸਕਰਾਏ, ਫਰ ਹਜ਼ੂਰ ਜਿੱਦਾਂ ਦਾ ਬੰਦਾ ਨਾ ਉਦਾਂ ਦੀ ਗੱਲ ਕਰਦੇ। ਅੱਛਾ ਰੂਪ ਕਿਸੇ ਹੋਰ ਨੇ ਬਿਠਾ ਰਿਹਾ ਹੈ, ਅਸਲਾਮ ਵਾਲੇਕੁਮ ਜੀ, ਅੱਗੇ ਲਾਇਆ ਹੁੰਦਾ ਕਾਲਾ ਜਿਹਾ, ਇਹ ਜੀ ਯਮਨ ਦੇ ਆਏ ਹੈ ਵੀ ਕਿੱਥੇ ਯਮਨ ਤੇ ਕਿੱਥੇ ਫੈਸਲਾਬਾਦ, ਚਵਲ ਨੇ ਠੀਆ ਉਤੋਂ ਚਿਹਰਾ ਨੂਰ ਅਲਾ ਨੂਰ, ਸਾਡਾ ਕੋਈ ਨੀ ਕਸੂਰ, ਜਿਹੜਾ ਨਾ ਮੰਨੇ ਨਬੀ ਨਬੀ ਹੋ। ਅੱਛਾ ਬਾਤ ਦੂਰ ਨਿਕਲ ਜਾਏਗੀ, ਉਹ ਯਹੂਦੀ ਭਲਵਾਨ ਕਹਿਣ ਲੱਗਾ ਮੇਰੇ ਨਾਲ ਕਰੋ ਕੁਸ਼ਤੀ, ਜੇ ਤੇ ਜਾਓ ਜਿੱਤ ਤੇ ਮੈਂ ਤੁਹਾਡਾ ਨੌਕਰ। ਨਬੀ ਬਾਬ ਨੇ ਨੀ ਕਿਹਾ ਮੈਂ ਕੁਸ਼ਤੀ ਕਰਨਾ ਆ, ਹਜ਼ੂਰ ਨੇ ਫਰਮਾਇਆ ਵਾਕਈ ਹਜ਼ੂਰ ਨੇ ਖੁਸ਼ ਹੋਈ ਕਿ ਮੇਰਾ ਗੁਲਾਮ ਹੋ ਜਾਏਗਾ, ਜਨਮ ਤੋਂ ਬਚ ਕੇ ਜੰਨਤ ਚਲ ਜਾਏਗਾ। ਨਬੀ ਬਾਗ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਤੂੰ ਬੁੱਤਾਂ ਦਾ ਪੁਜਾਰੀ, ਮੈਂ ਇੱਕ ਨੂੰ ਮੰਨਣ ਵਾਲਾ ਆ। ਅੱਛਾ ਬਾਤ ਲੰਮੀ ਹੋ ਜਾਣੀ, ਸਰਕਾਰ ਨੇ ਜ਼ਮੀਨ ਤੇ ਸੁੱਟ ਲਿਆ। ਜਨਾਬੇ ਫਰੂਕਿਆ ਫਰਮਾਉਂਦੇ ਨੇ ਸਰਕਾਰ ਨੇ ਸੱਜਾ ਕੋਟਾ ਇੱਥੇ ਰੱਖ ਕੇ ਨਾ ਹਜ਼ੂਰ ਫਰਮਾਉਣ ਲੱਗੇ, ਹਾਂਜੀ ਬੋਲੋ ਬਲਾਪਣੇ ਰੱਬ ਨੂੰ, ਤੁਹਾਡਾ ਫੜ ਚੱਲ ਜਾਣਾ ਜਿੰਨ ਪੈ ਪੜਿਆ। ਅੱਛਾ ਦੋ ਮਹੀਨੇ ਐ ਕਰਕੇ ਨਾ ਕਹਿਣ ਲੱਗਾ ਯਾ ਮੁਹੰਮਦ ਮੇਰਾ ਰੱਬ ਕਿਸੇ ਕੰਮ ਗਿਆ, ਫਿਟਮ ਇਹੋ ਜਿਹੇ ਰੱਬ ਦੇ ਜਿਹੜਾ ਆਪਣੇ ਬੰਦੇ ਛੱਡ ਕੇ ਕੰਮ ਤੇ ਗਿਆ, ਕਹਿੰਦਾ ਦੁਬਾਰਾ ਆਓ। ਹਜ਼ੂਰ ਫਿਰ ਉੱਠੇ, ਫਿਰ ਤਾਜਾ ਥਾਂ ਪਾਏ, ਸਰਕਾਰ ਨੇ ਫਿਰ ਸੁੱਟਿਆ, ਸੁੱਟ ਕੇ ਫਿਰ ਸੀਨਾ ਰੱਖੀ, ਸੀਨੇ ਤੇ ਗੋਡਾ ਰੱਖਿਆ, ਆਪਣੇ ਗੋਡਾ ਮੁਬਾਰਕ ਰੱਖ ਕੇ ਫਰਮਾਇਆ ਆਪਣੇ ਰੱਬ ਨੂੰ। ਕਹਿਣ ਲੱਗਾ ਲੱਗਦਾ ਰੱਬ ਵਿਹਲਾ ਨਹੀਂ। ਫਰਮਾਇਆ ਮਨ ਤੇਰੇ ਸਾਰੇ ਝੂਠੇ, ਕੁੱਲ ਹੁੱਲਾ ਹੋਆ ਮੇਰਾ ਅੱਲਾ ਸੱਚਾ। ਅੱਛਾ ਉਹ ਬਾਨਾ ਮਾਰ ਕੇ ਕਹਿਣ ਲੱਗਾ
ਕਾਦੀ ਯਾਦ ਲੈਂਦੇ ਨੇ ਕਿ ਕਹਿਣ ਲੱਗਾ ਤੀਜੀ ਵਾਰੀ ਆਊ ਨਬੀ ਪਾਕ ਨੇ ਤੀਜੀ ਵਾਰੀ ਬਿਠਾ ਲਿਆ ਜਿਹਨੇ ਨਹੀਂ ਮੰਨਾ ਭਾਵੇਂ ਇਕਰਾਮ ਨਾ ਕਹਿਵੇ ਭਾਵੇਂ ਸਾਲ ਨਾ ਕਹਿਵੇ ਨਹੀਂ ਮੰਨਣਾ ਜਿਹਨੇ ਮੰਨ ਲੈਣਾ ਮਾਸ਼ਾਅੱਲਾ ਮੌਲਾਨਾ ਅਤਾ ਸਾਹਿਬ ਮੰਨ ਲੈਣਾ ਸੁਭਾਨਅੱਲਾ ਖੈਰ ਤੀਜੀ ਵਾਰੀ ਸੋਟਿਆ ਹੀ ਆ ਸਰਕਾਰ ਫਰੂਕਿਆ ਹਜ਼ਰ ਫਰੂਕੇ ਆਦਮ ਆਏ ਨਾ ਆਪਣੇ ਕਿਹਾ ਖਲੋ ਉਹਨੇ ਲਾਈ ਤੋੜੀ ਉਹਨੇ ਕਿਹਾ ਇਹਨੇ ਇਹਨਾਂ ਦੇ ਕੁਛ ਨਹੀਂ ਕੀਆ ਇਹਨੇ ਮੇਰੇ ਟੁਕੜੇ ਕਰ ਦਿੱਤੇ ਹਜ਼ੂਰ ਆਸ ਕੇ ਨਾ ਹੱਥ ਝਾੜ ਦੇਵੇ ਤੇ ਫਰੂਕੇ ਆਦਮ ਦਾ ਕੀ ਅਰਥ ਕਰਦੇ ਚਾਰ ਕਿਤਾਬਾਂ ਦਾ ਇਕੱਠਾ ਵਾਲਾ ਫਰੂਕੇ ਆਦਮ ਨਬੀ ਬਾਗ ਦੇ ਕੰਨ ਮੁਬਾਰਕ ਦੇ ਹੱਥ ਮਿਲਦੇ ਅਰਜ਼ ਕਰਦੇ ਆਕਾ ਇਹੋ ਜਿਹਾ ਕੰਮ ਸਾਨੂੰ ਆਖਿਆ ਯਾਰ ਬੜੀ ਢਿੱਲੀ ਜ਼ੁਬਾਨ ਮੇਰੇ ਵੱਲ ਵੇਖਿਓ ਹਜ਼ੂਰ ਇਹੋ ਜਿਹਾ ਕੰਮ ਸਾਨੂੰ ਗਿਆ ਸੁਭਾਨ ਸਾਡੇ ਵੀ ਦੀਵਾਨੇ ਨਬੀ ਬਾਗ ਦੇ ਮੈਨੂੰ ਕਹਿੰਦੇ ਹੁੰਦੇ ਹੁਣ ਤੇ ਮੈਂ ਬਿਮਾਰ ਹਾਂ ਕਹਿੰਦੇ ਸ਼ਾਹ ਜੀ ਇਸਦੇ ਕੰਮ ਸਾਨੂੰ ਕਿਹਾ ਨਹੀਂ ਬੇਟਾ ਤਰਤੀਬ ਗਲਤ ਹੋ ਗਈ ਨਾਰਾ ਤਕਬੀਰ ਨਾਰਾ ਤਹਕੀਕ ਨਾਰਾ ਹੈਦਰੀ ਨਾਰਾ ਅੱਛਾ ਬਾਤ ਖਤਮ ਕਰੀਏ ਬਾਤ ਹੋਰ ਨਿਕਲ ਜਾਏਗੀ ਹਜ਼ਰਤ ਉਮਰ ਨੇ ਉਦੋਂ ਕਿਹਾ ਸੀ ਅੱਲਾਹ ਤਾਲਾ ਨੇ ਨਬੀ ਬਾਗ ਨੂੰ 1000 ਬੰਦੇ ਜਿੰਨੀ ਤਾਕਤ ਦਿੱਤੀ ਕਿੰਨੀ ਯਾਦ ਕਰ ਲਓ ਯਾਰ 1000 ਬੰਦੇ ਜਿੰਨੀ ਤਾਕਤ ਇਹ ਜਨਾਬੇ ਫਰੂਕੀ ਆਜ਼ਮ ਫਰਮਾਉਂਦੇ ਨੇ ਬਹਰਹਾਲ ਬੱਚਿਆਂ ਨੇ ਵਦੋਹਾ ਦੀ ਤਫਸੀਰ ਕੀਤੀ ਨਾਤ ਖਾਨੀ ਕੀਤੀ ਮੈਂ ਆਖਰੀ ਬਾਤ ਕਰਕੇ ਖਤਮ ਕਰਾਂ ਜਿਹੜਾ ਇਨਸਾਨ ਨਿਸਬਤ ਵਾਲਾ ਮਰ ਜਾਏ ਨਾ ਜਿਸਾਂ ਬਾਈ ਅਜ਼ੀਬ ਬੁਸਤਾਮੀ ਦੀ ਗੱਲ ਕੀਤੀ ਹਜ਼ੂਰ ਗੌਸੇ ਆਜ਼ਮ ਰਜ਼ੀ ਅੱਲਾਹ ਤਾਲਾ ਨੂੰ ਆਪ ਦੀ ਜਨਮ ਦੇ ਫਰਿਸ਼ਤੇ ਨਾਲ ਮੁਲਾਕਾਤ ਹੋ ਗਈ ਸਰਕਾਰ ਗੌਸ ਬਾਗ ਫਰਮਾਨ ਲੱਗੇ ਜਨਮ ਦੇ ਫਰਿਸ਼ਤੇ ਦਾ ਨਾਮ ਹਜ਼ਰਤ ਮਾਲਿਕ ਕੀ ਨਾਮ ਮਾਲਿਕ ਔਰ ਜੰਨਤ ਦੇ ਫਰਿਸ਼ਤੇ ਦਾ ਮਾਲਕ ਦਾ ਨਾਮ ਕੀ ਹਜ਼ਰਤ ਰਿਜ਼ਵਾਨ ਔਰ ਸ਼ਾਇਰ ਕਹਿੰਦਾ ਰਿਜ਼ਵਾਨ ਤੇਰੀ ਜੰਨਤ ਕੋ ਫਰਸਤ ਜੋ ਮਿਲੇ ਦੇਖੋ ਆਖੇ ਮੇਰੀ ਕੋਈ ਹੈ ਤੈਬਾ ਕੇ ਨਜ਼ਾਰੋ ਮੇ ਬਹਰਹਾਲ ਮੁਲਾਕਾਤ ਹੋਈ ਹਜ਼ਰਤ ਮਾਲਕ ਅਲੈਹ ਸਲਾਮ ਦਾ ਹੱਥ ਫੜ ਲਿਆ ਮੇਰੇ ਤੁਹਾਡੇ ਪੀਰ ਨੇ ਸਰਕਾਰ ਗੌਸ ਪਾਕ ਫਰਮਾਨ ਲੱਗੇ ਜਨਾਬ ਮਾਲਕ ਅਲੈਹ ਸਲਾਮ ਜਨਮ ਚ ਕੋਈ ਮੇਰਾ ਮੁਰੀਦ ਤੇ ਨਹੀਂ ਅਗਲੀ ਗੱਲ ਬੜੀ ਮਜ਼ਾਈ ਆ ਕਹਿੰਦਾ ਸਰਕਾਰ ਨੇ ਫਰਮਾਇਆ ਵੇਖ ਲਈ ਮੈਂ ਬੂਹਾ ਨਹੀਂ ਖੁੱਲ੍ਹਣ ਦੇਣਾ ਬੜੀ ਵੱਡੀ ਦੋਜ਼ਖ ਰੱਬ ਨੇ ਬੜੇ ਬੰਦਿਆਂ ਨਾਲ ਕੱਲੇ ਕਾਫਰਾਂ ਨੇ ਨਹੀਂ ਭਰਨੀ ਮੈਂ ਅੱਗੇ ਅਰਧ ਕੀਤੀ ਅਸ਼ੇਦਾ ਲਲ ਕੁਫਾਰ ਉਲਮਾ ਬੈਠੇ ਆ ਰੋਹੋ ਮਾ ਬੈਣਾ ਸੂਰਤ ਫਤਿਹ ਦੇ ਅੰਦਰ ਅੱਲਾਹ ਤਾਲਾ ਨੇ ਇਨਕਾਰ ਕਰਨ ਵਾਲੇ ਸਿਰਫ ਕਾਫਰ ਇਹ ਨਹੀਂ ਆ ਕੇ ਜਿਹੜੇ ਬੁੱਤ ਪੂਜਦੇ ਆ ਈਸਾਈ ਆ ਮੁਸ਼ਰਕ ਆ ਜਿਹੜਾ ਨਬੀ ਪਾਕ ਅਲੈਹ ਸਲਾਤੋ ਅਸਲਾਮ ਤੇ ਈਮਾਨ ਲਾਣ ਲਿਆਵੇ ਮੈਂ ਨਹੀਂ ਕਹਾਂਗਾ ਬਹਰਹਾਲ
अल्लाह ताला पटवारी साहब की कब्र ते रहमत करे और मेरा कीदा ईमान पीर वाले सन निस्बत वाले सन जड़ा बूटा उग्या रहिंदा उसकी शाखां हरियां रहिंदियां पटवारी साहब दे दराजात नूं अल्लाह पाक बुलंद फरमाए अल्लाह ताला मेरी तुहाडी हाजरी कबूल करे अल्लाह कबूल करे।